ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਿਆਰ ਕਰਨ ਵਾਲਿਓ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪਿਆਰੇ ਬੱਚਿਓ ਬੱਚਿਓ ਆਓ ਸਾਰੇ ਸਭ ਤੋਂ ਪਹਿਲਾਂ ਆਪਣੇ ਬਾਪੂ ਜੀ ਵੱਲੋਂ ਅਸੀਸਾਂ ਨਾਲ ਭਰੀ ਹੋਈ ਪਵਨ ਗੁਰੂ ਫਤਿਹ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਵਾਰ ਕਿਸੇ ਐਸੇ ਇਲਾਕੇ ਦੇ ਵਿੱਚ ਗਏ ਜਿੱਥੋਂ ਦਾ ਇੱਕ ਮੁਸਲਮਾਨ ਫਕੀਰ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਉਸ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਇੱਕ ਗਰੀਚਾ ਭੇਟ ਕੀਤਾ ਜਿਹੜਾ ਕਿ ਉਹਨੇ ਸਤਿਗੁਰੂ ਨੂੰ ਕਿਹਾ ਵੀ ਸੱਚੇ ਪਾਤਸ਼ਾਹ ਜਦੋਂ ਤੁਸੀਂ ਬੈਠਦੇ ਹੋ ਤਾਂ ਇਹਦੇ ਉੱਤੇ ਬੈਠਿਆ ਕਰੋ। ਔਰ ਬੜਾ ਮਹਿੰਗਾ ਸੀ ਉਹ। ਸਤਿਗੁਰੂ ਨੂੰ ਗਲੀਚਾ ਪੇਟ ਕਰਨ ਦੇ ਵਕਤ ਉਹਨੇ ਸਤਿਗੁਰੂ ਦੇ ਪਾਵਨ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਸਤਿਗੁਰੂ ਅੱਗੇ ਬੇਨਤੀ ਕੀਤੀ ਵੀ ਮਹਾਰਾਜ ਮੈਂ ਬੜੀ ਸ਼ਰਦਾ ਨਾਲ ਅਦਬ ਦੇ ਨਾਲ ਇਹ ਗਲੀਚਾ ਤੁਹਾਨੂੰ ਪੇਟਾ ਕਰ ਰਿਹਾ ਹਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਜਿਹੜੇ ਉਹਨਾਂ ਦੇ ਸ਼ਰਧਾਲੂ ਸਨ ਸਤਿਗੁਰੂ ਨੇ ਉਹ ਗਲੀਚਾ ਉਹਨਾਂ ਨੂੰ ਦੇ ਕੇ ਇੱਕ ਇਸ਼ਾਰਾ ਕੀਤਾ ਕਿ ਸਾਹਮਣੇ ਇੱਕ ਜਾਨਵਰ ਬੈਠਾ ਹੈ ਤੇ ਉਹ ਆਪਣੇ ਬੱਚਿਆਂ ਦੇ ਨਾਲ ਹੈ ਤੇ ਠੰਡ ਬਹੁਤ ਸੀ ਤੇ ਉਹ ਠਰੂ ਠਰੂ ਕਰ ਰਹੇ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ਼ਾਰਾ ਕੀਤਾ ਵੀ ਇਹ ਗਲੀਚਾ ਉਹਨਾਂ ਦੇ ਹੇਠਾਂ ਦੇ ਦਿਓ ਤੇ ਉਹਦੇ ਉੱਤੇ ਉਹਨਾਂ ਦੇ ਉਹਦੇ ਬੱਚੇ ਤੇ ਉਹਨੂੰ ਬਿਠਾ ਦਿਓ ਤੇ ਬਾਕੀ ਉਹਨਾਂ ਦੇ ਉੱਪਰ ਦੇ ਦਿਓ ਉਹਨਾਂ ਦੇ ਸ਼ਰਦ ਆਲੂ ਬੜੇ ਹੈਰਾਨ ਹੋਏ ਸੱਚੇ ਪਤਸ਼ਾਹ ਮਹਾਰਾਜ ਦੇ ਸਿੱਖਾਂ ਨੇ ਕੀ ਕੀਤਾ ਕਿ ਗਲੀਚਾ ਲਿਆ ਤੇ ਉਹ ਜਿਹੜਾ ਜਾਨਵਰ ਬੈਠਾ ਹੋਇਆ ਸੀ ਆਪਣੇ ਬੱਚਿਆਂ ਨਾਲ ਉਹਦੇ ਥੱਲੇ ਉਹ ਗਲੀਚਾ ਵਿਛਾ ਦਿੱਤਾ ਕਿਉਂਕਿ ਠੰਡ ਬਹੁਤ ਸੀ ਤੇ ਉਹਨਾਂ ਨੂੰ ਨਿਗ ਮਿਲ ਗਿਆ ਗੁਰੂ ਨਾਨਕ ਸਾਹਿਬ ਸੱਚੇ ਪਤਸ਼ਾਹ ਦੇ ਵੱਲ ਦੇਖ ਕੇ ਉਸ ਫਕੀਰ ਨੇ ਕਿਹਾ ਵੀ ਸੱਚੇ ਪਤਸ਼ਾਹ ਇਹ ਮੈਂ ਤੁਹਾਨੂੰ ਭੇਟਾ ਕੀਤਾ ਸੀ ਨਾ ਕਿ ਉਹਨਾਂ ਜਾਨਵਰਾਂ ਨੂੰ ਤੇ ਸਤਿਗੁਰੂ ਨੇ ਕਿਹਾ ਇਹਦੀ ਜ਼ਰੂਰਤ ਸਾਨੂੰ ਘੱਟ ਸੀ ਤੇ ਉਹਨੂੰ ਜ਼ਿਆਦਾ ਸੀ ਮਾਨਵਤਾ ਨੂੰ ਪਿਆਰ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਤਸ਼ਾਹ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਸਾਨੂੰ ਇਹ ਉਪਦੇਸ਼ ਵੀ ਦਿੱਤਾ ਹੈ। ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਸਤਿਗੁਰੂ ਨੇ ਉਪਦੇਸ਼ ਵੀ ਦਿੱਤਾ ਹੈ ਕਿ ਪਿਆਰਿਓ ਜੋ ਤੁਸੀਂ ਸੰਸਾਰ ਵਿੱਚ ਰਹਿ ਕੇ ਖਾਣੇ ਹੋ ਕਮਾਉਨੇ ਹੋ ਜੇਕਰ ਤੁਹਾਡੇ ਕੋਲ ਜ਼ਿਆਦਾ ਹੈ ਤਾਂ ਉਹ ਤੁਸੀਂ ਕਿਸੇ ਦੀ ਹੈਲਪ ਕਰੋ। ਕਿਉਂਕਿ ਹੈਲਪ ਕਰਨ ਦੇ ਨਾਲ ਕਦੇ ਬੰਦਾ ਘਟਦਾ ਨਹੀਂ ਹੈ। ਵਾਦਦਾਈ ਹੈ ਪਰ ਸੋਚ ਇਥੋਂ ਤੱਕ ਹੈ ਅੱਜ ਦੇ ਹਾਲਾਤ ਵਿੱਚ ਕਿ ਹਰ ਬੰਦਾ ਲੁੱਟਣ ਦੀ ਨੀਅਤ ਰੱਖਦਾ ਹੈ ਕਿਸੇ ਨੂੰ ਬਰਬਾਦ ਕਰਨ ਦੀ ਨੀਅਤ ਰੱਖਦਾ ਹੈ ਵੀ ਕਿੱਦਾਂ ਕਿਸੇ ਨੂੰ ਬਰਬਾਦ ਕਰਨਾ ਕਿੱਦਾਂ ਕਿਸੇ ਦੇ ਕੋਲੋਂ ਲੁੱਟਣਾ ਹੈ ਅੱਜ ਦੇ ਜ਼ਮਾਨੇ ਵਿੱਚ ਜੇਕਰ ਵਖੀਏ ਤੇ ਸਭ ਤੋਂ ਜ਼ਿਆਦਾ ਲੁੱਟ ਜੇ ਭਾਰਤ ਦੀ ਧਰਤੀ ਤੇ ਵੇਖੀ ਜਾਵੇ ਤਾਂ ਸਭ ਤੋਂ ਜ਼ਿਆਦਾ ਲੁੱਟ ਮੈਡੀਕਲ ਸਿਸਟਮ ਦੇ ਵਿੱਚ ਹੈ ਜਿਹੜੀਆਂ ਦਵਾਈਆਂ ਦੀ ਕੀਮਤ 100 ਰੁਪਏ ਹੋਵੇਗੀ ਉਹ 5 ਸੌ ਨੂੰ ਜਾਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਵੇਚੀਆਂ ਜਾਂਦੀਆਂ ਹਨਗੀਆਂ ਖਾਸ ਕਰਕੇ ਉਸ ਟਾਈਮ ਜਿਸ ਟਾਈਮ ਕਿਸੇ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਉਹਦੀ ਜ਼ਰੂਰਤ ਦਾ ਨਜਾਇਜ਼ ਫਾਇਦਾ ਵੀ ਉਠਾਇਆ ਜਾਂਦਾ ਹੈ ਮੈਂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੀ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਾਂ ਕਿ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਇੱਕ ਔਰਤ ਆਉਂਦੀ ਹੈ ਤੇ ਉਹਨੇ ਕੁਝ ਗਹਿਣੇ ਸਤਗੁਰੂ ਦੇ ਚਰਨਾਂ 'ਚ ਚੜਾਏ ਤੇ ਉਸ ਟਾਈਮ ਹੀ ਸਤਗੁਰੂ ਦੇ ਕੋਲ ਇੱਕ ਲੋੜਵੰਦ ਬੈਠਾ ਸੀ ਜਦੀ ਧੀ ਦਾ ਵਿਆਹ ਸੀ ਤਾਂ ਸਤਗੁਰੂ ਨੇ ਉਹ ਗਹਿਣੇ ਚੁੱਕ ਕੇ ਉਸ ਟਾਈਮ ਉਹਨੂੰ ਦੇ ਦਿੱਤੇ ਤੇ ਗਹਿਣੇ ਚੜਾਉਣ ਵਾਲੇ ਨੇ ਕਿਹਾ ਵੀ ਸੱਚੇ ਪਾਤਸ਼ਾਹ ਮੈਂ ਤਾਂ ਤੁਹਾਨੂੰ ਅਰਪਣ ਕੀਤੇ ਸੀ ਤੇ ਸਤਗੁਰੂ ਨੇ ਕਿਹਾ ਸਾਨੂੰ ਜ਼ਰੂਰਤ ਨਹੀਂ ਹੈ ਇਹਨੂੰ ਜ਼ਰੂਰਤ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਤਰਨਤਾਰਨ ਦੀ ਪਾਵਨ ਧਰਤੀ ਦੇ ਉੱਤੇ ਜਿੱਥੇ ਗੁਰੂ ਘਰ ਤੇ ਸਰੋਵਰ ਉਸਾਰਿਆ ਉੱਥੇ ਨਾਲ ਦੀ ਨਾਲ ਸਤਿਗੁਰੂ ਨੇ ਇੱਕ ਕੋਰੀ ਖੰਡਾ ਵੀ ਤਿਆਰ ਕਰਾਇਆ ਹਸਪੀਟਲ ਵੀ ਤਿਆਰ ਕਰਾਇਆ ਜਿੱਥੇ ਕਿ ਫ੍ਰੀ ਇਲਾਜ ਕੀਤਾ ਜਾਂਦਾ ਹੁੰਦਾ ਸੀ ਗੁਰੂ ਹਰਾਈਆ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਐਸਾ ਹੀ ਕਾਰਜ ਕੀਤਾ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਐਸਾ ਅਸਥਾਨ ਤਿਆਰ ਕਰਵਾਇਆ ਜਿੱਥੋਂ ਬਹੁਤ ਵੱਡੇ ਰੋਗੀਆਂ ਦਾ ਇਲਾਜ ਕੀਤਾ ਜਾਂਦਾ ਹੁੰਦਾ ਸੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਲਾਹੌਰ ਦੀ ਧਰਤੀ ਤੇ ਜਿਸ ਟਾਈਮ ਕਾਲ ਪਿਆ ਤਾਂ ਉਸ ਟਾਈਮ ਸਾਰਾ ਸਿੱਖ ਕੌਮ ਦਾ ਦਸਵੰਦ ਖਰਚ ਦਿੱਤਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਖੁਦ ਦਿੱਲੀ ਦੇ ਵਿੱਚ ਜਦੋਂ ਪਹੁੰਚੇ ਤੇ ਚੇਚਕ ਦੀ ਬਿਮਾਰੀ ਦੇ ਨਾਲ ਲੋਕ ਮਰੇ ਸੀ ਸਤਿਗੁਰੂ ਨੇ ਹੱਥੀਂ ਸੇਵਾ ਕੀਤੀ ਤੇ ਸਿੱਖ ਸੰਗਤ ਦਾ ਦਸਵੰਦ ਵੀ ਖਰਚ ਕੀਤਾ ਮੇਰਾ ਕਹਿਣ ਦਾ ਮਤਲਬ ਕੇਵਲ ਇਤਨਾ ਵੀ ਸਾਡੇ ਸਤਿਗੁਰੂ ਨੇ ਸਾਨੂੰ ਉਪਦੇਸ਼ ਹੀ ਕੁਝ ਇਸ ਤਰ੍ਹਾਂ ਦੇ ਦਿੱਤੇ ਨੇ ਮੈਂ ਸਪੋਰਟ ਕਰਦਾ ਹਾਂ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਤਸ਼ਾਹ ਦੇ ਨਾਮ ਉਤੇ ਉਸਾਰੇ ਗਏ ਮੋਦੀ ਖਾਨੇ ਮੈਡੀਕਲ ਸਟੋਰ ਦੀ ਜਿੱਥੇ ਕਿ ਦਵਾਈਆਂ ਬਹੁਤ ਸਸਤੀ ਕੀਮਤ ਉਤੇ ਦਿੱਤੀਆਂ ਜਾਂਦੀਆਂ ਨੇ ਔਰ ਉਹਨਾਂ ਵੀਰਾਂ ਦਾ ਧੰਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਸਾਰੇ ਕਦਮ ਉਠਾਏ ਨੇ ਔਰ ਸਾਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਸਿਸਟਮ ਦੇ ਖਿਲਾਫ ਲੜਨਾ ਹੈ ਤਾਂ ਬੜਾ ਔਖਾ ਜਿਹੜੀ ਚੀਜ਼ 500 ਦੀ ਮਿਲ ਸਕਦੀ ਹੈ ਉਹ 1 ਲੱਖ ਦੀ ਕਿਵੇਂ ਮਿਲ ਰਹੀ ਹੈ ਜਿਹੜੀ ਚੀਜ਼ 5000 ਦੀ ਮਿਲ ਸਕਦੀ ਹੈ ਉਹ ਲੱਖ ਦੀ ਕਿਵੇਂ ਮਿਲ ਰਹੀ ਹੈ ਜਿਹੜੀ ਦਵਾਈ ਦੀ ਕੀਮਤ 5 ਰੁਪਏ ਹੈ ਉਹ 500 ਦੀ ਕਿਦਾਂ ਮਿਲ ਰਹੀ ਹੈ ਜਾਂ ਹੋਰ ਮਹਿੰਗੀ ਕਿਦਾਂ ਮਿਲ ਰਹੀ ਹੈ ਇਹ ਖੜਨਾ ਪਏਗਾ ਲੁੱਟਾਂ ਖੋਹਾਂ ਲਗਾਤਾਰ ਹੋ ਰਹੀਆਂ ਨੇ ਪਰ ਉਹਨਾਂ ਦੇ ਖਿਲਾਫ ਲੜਨਾ ਪਏਗਾ ਤੇ ਮੈਂ ਲਹਨਤ ਪਾਉਣਾ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਇਸ ਚੀਜ਼ ਦਾ ਅਜੇ ਵਿਰੋਧ ਕਰ ਰਹੇ ਨੇ ਡਰਨ ਦੀ ਲੋੜ ਨਹੀਂ ਹੈ ਸਮਾਜ ਦੇ ਵਿੱਚ ਲੁੱਟਾਂ ਖੋਹਾਂ ਕਰਨ ਵਾਲਿਆਂ ਦਾ ਪਰਦਾਫਾਸ਼ ਕਰਨਾ ਬਹੁਤ ਜ਼ਰੂਰੀ ਹੈ ਹਾਊਸ ਪ੍ਰਾਈਵੇਟ ਹਸਪਤਾਲਾਂ ਨੇ ਜਾਂ ਉਹਨਾਂ ਦੇ ਦੁਆਰਾ ਉਸਾਰੇ ਗਏ ਮੈਡੀਕਲ ਸਟੋਰਾਂ ਨੇ ਵਾਕਈ ਬਹੁਤ ਲੁੱਟ ਮਚਾਈ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਜ਼ਰੂਰਤ ਹੈ ਇਕੱਠੇ ਹੋਣ ਦੀ ਅੱਜ ਇੱਕ ਬੰਦਾ ਤਾਂ ਮਰ ਜਾਂਦਾ ਕਿਉਂਕਿ ਉਹਦੇ ਕੋਲ ਇੰਨੇ ਪੈਸੇ ਨਹੀਂ ਕਿ ਉਹ ਦਵਾਈ ਲੈ ਸਕੇ ਹਾਲਾਤ ਇਦਾਂ ਦੇ ਨੇ ਜਦ ਕਿ ਚੀਜ਼ਾਂ ਸਭ ਤੋਂ ਸਸਤੀਆਂ ਹੋਣੀਆਂ ਚਾਹੀਦੀਆਂ ਸੀ ਪਰ ਇਹ ਸਭ ਤੋਂ ਮਹਿੰਗੀਆਂ ਨੇ ਤੇ ਬੰਦਾ ਵਿਚਾਰਾ ਕਈ ਵਾਰ ਗਰੀਬੀ ਇੰਨੀ ਹੁੰਦੀ ਕਿ ਬੰਦਾ ਰੋਲ ਰੁਲ ਕੇ ਮਰ ਜਾਂਦਾ ਤੇ ਉਹਦੀ ਬਾਹ ਫੜਨ ਵਾਲਾ ਕੋਈ ਨਹੀਂ ਹੁੰਦਾ ਆਓ ਅਸੀਂ ਪਿੰਡਾਂ ਸ਼ਹਿਰਾਂ ਵਾਲੇ ਸਾਰੇ ਰਲ ਮਿਲ ਕੇ ਐਸਾ ਹਮਲਾ ਮਾਰੀਏ ਇਹੋ ਜੇ ਗੰਦੇ ਸਿਸਟਮ ਦੇ ਖਿਲਾਫ ਖੜੇ ਹੋਈਏ ਕਿ ਕੋਈ ਵੀ ਬੰਦਾ ਦਵਾਈ ਤੋਂ ਬਗੈਰ ਨਾ ਮਰੇ ਸੋ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਉਹਨਾਂ ਨੂੰ ਨਮਸਕਾਰਾਂ ਨੇ ਤੇ ਜਿਹੜੇ ਇਸ ਚੀਜ਼ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਮੇਰੇ ਵੱਲੋਂ ਲੱਖ 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 ਲਾਣਤਾਂ ਨੇ ਆਓ ਗੁਰੂ ਨਾਨਕ ਸਾਹਿਬ ਦਾ ਇਹ ਉਪਦੇਸ਼ ਘਰ ਘਰ ਵਿੱਚ ਪਹੁੰਚਾਈਏ ਜੇ ਸਾਡਾ ਬਾਬਾ ਨਾਨਕ 13 13 ਤੋਲ ਦਾ ਗਿਆਨ ਆਓ ਕੁਝ ਇਸ ਤਰ੍ਹਾਂ ਦੇ ਬਣੀਏ ਕਿ ਸਮਾਜ ਦੇ ਵਿੱਚ ਕੁਝ ਚੰਗੇ ਫੁੱਲ ਖੜਾਈਏ ਜਦੀ ਖੁਸ਼ਬੋ ਦੁਨੀਆ ਦੇ ਹਰ ਇੱਕ ਕੋਨੇ ਤੱਕ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ